ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਟੋਲ ਪਲਾਜ਼ਾ ਉੱਤੇ ਚੱਲਦੀ ਗੱਡੀ ਜਲ ਕੇ ਰਾਖ ਹੋ ਗਈ। ਬੀਤੇ ਦਿਨੀ ਕਰੀਬ ਦੁਪਹਿਰ 1 ਵਜੇ ਮਰਸਡੀਜ਼ ਕਾਰ, ਜਿਸ ਨੂੰ ਕਿ ਜਸਵਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਸਾਥੀ ਰਣਵੀਰ ਸਿੰਘ ਜੋ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ, ਜਦੋਂ ਟੋਲ ਪਲਾਜ਼ਾ ਜੰਡਿਆਲਾ ਗੁਰੂ ਟੋਲ ਕਟਾਉਣ ਲਈ ਲਕੀਰ ਵਿੱਚ ਖੜੇ ਹੋਏ, ਤਦ ਉਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਉੱਥੇ ਹੀ ਮੌਕੇ 'ਤੇ ਮੌਜੂਦ ਸਿਕਿਉਰਿਟੀ ਗਾਰਡ ਨੇ ਵੇਖਿਆ ਕਿ ਕਾਰ ਦੇ ਇੰਜਨ 'ਚੋਂ ਧੂੰਆਂ ਨਿਕਲ ਰਿਹਾ ਹੈ। ਉਸਨੇ ਫਟਾਫਟ ਇਹਨਾਂ ਦੋਨਾਂ ਨੂੰ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ ਅਤੇ ਇਹਨਾਂ ਦੇ ਨਿਕਲਦੇ ਹੀ ਗੱਡੀ ਨੂੰ ਅੱਗ ਲੱਗ ਗਈ ਅਤੇ ਤਕਰੀਬਨ 10 ਮਿੰਟ ਵਿੱਚ ਸਾਰੀ ਗੱਡੀ ਜਲ ਕੇ ਰਾਖ ਹੋ ਗਈ। ਸਿਕਿਉਰਿਟੀ ਗਾਰਡ ਦੇ ਕਾਰਨ ਇਹਨਾਂ ਦੋਨਾਂ ਦੀ ਜਾਨ ਬਚ ਗਈ। ਟੋਲ ਪਲਾਜ਼ਾ ਉੱਤੇ ਕੋਈ ਵੀ ਅੱਗ ਬੁਝਾਉਣ ਦਾ ਯੰਤਰ ਨਾ ਹੋਣ ਕਾਰਨ, ਨਾ ਹੀ ਫਾਇਰ ਬ੍ਰਿਗੇਡ ਗੱਡੀ ਹੋਣ ਦੇ ਕਾਰਨ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ ਅਤੇ ਤਕਰੀਬਨ 1.5 ਘੰਟੇ ਬਾਅਦ ਫਾਇਰ ਬ੍ਰਿਗੇਡ ਗੱਡੀ ਦੁਰਘਟਨਾ ਸਥਾਨ ਉੱਤੇ ਪਹੁੰਚੀ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਜੋ ਫਾਇਰ ਬ੍ਰਿਗੇਡ ਦੀ ਗੱਡੀ ਆਈ ਸੀ ਉਸਦਾ ਸਮਾਨ ਵੀ ਠੀਕ ਨਹੀਂ ਸੀ, ਉਹਨਾਂ ਦੇ ਯੰਤਰ ਕਾਫ਼ੀ ਪੁਰਾਣੇ ਹੋ ਚੁੱਕੇ ਸਨ ਅਤੇ ਉਹਨਾਂ ਦੀ ਪਾਈਪ ਵੀ ਲੀਕ ਸੀ। ਇਸ ਮੌਕੇ ਉੱਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਵਾਲੀਆ ਮੌਜੂਦ ਸਨ ਅਤੇ ਉਹਨਾਂ ਨੇ ਦੱਸਿਆ ਕਿ ਜੇਕਰ ਟੋਲ ਪਲਾਜ਼ਾ ਲੱਖਾਂ ਰੁਪਏ ਦਾ ਰੋਜ਼ਾਨਾ ਟੈਕਸ ਵਸੂਲ ਕਰਦੇ ਨੇ, ਫਿਰ ਉਹਨਾਂ ਦੇ ਕੋਲ ਅੱਗ ਬੁਝਾਉਣ ਵਾਲੇ ਯੰਤਰ ਕਿਉਂ ਨਹੀਂ ਹੈ। DSP ਜੰਡਿਆਲਾ ਗੁਰੂ ਪੁਲਿਸ ਪਾਰਟੀ ਸਮੇਤ ਪੁੱਜੇ। ਹਾਂਜੀ ਸਰ, ਕੀ ਮਾਮਲਾ ਹੈ ਜੀ? ਮਾਮਲਾ ਇਹ ਹੈ ਜੀ, ਕਰੀਬ 1 ਵਜੇ ਦੇ ਕਰੀਬ ਜਿਹੜੀ ਕਾਰ ਸੜੀ ਹੈ ਉਹਦੇ ਵਿੱਚ ਡਾਕਟਰ ਜਸਵਿੰਦਰ ਸਿੰਘ ਬਾਠ, ਜਿਹੜੇ ਜਲੰਧਰ ਤੋਂ ਆਪਣੇ ਨਾਲ ਇੱਕ ਸਾਥੀ ਰਣਵੀਰ ਸਿੰਘ ਨਾਲ ਆ ਰਹੇ ਸੀਗੇ, ਉਹ ਟੋਲ ਲਾਈਨ ਦੇ ਵਿੱਚ ਖੜ੍ਹੇ ਸੀ ਟੋਲ ਟੈਕਸ ਦੇਣ ਲਈ। ਇਸ ਦੌਰਾਨ ਇਹਨਾਂ ਦੀ ਗੱਡੀ ਦੇ ਬੋਨਟ ਦੇ ਅੰਦਰੋਂ ਚੜਾਈਆਂ ਵਾਲੀ ਸਾਈਡ ਤੋਂ ਧੂੰਆਂ ਨਿਕਲਿਆ, ਤਾਂ ਜਿਹੜਾ ਗਾਰਡ ਸੀ ਇਹਨਾਂ ਦਾ ਟੋਲ ਪਲਾਜ਼ੇ ਵਾਲਾ, ਉਹਨਾਂ ਕਿਹਾ ਵੀ ਸਾਰੀ ਸਾਡੀ ਗੱਡੀ ਚੁਣਾ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਅਤੇ ਗੱਡੀ ਬਾਹਰ ਆ ਗਈ। ਉਹਨੇ ਇਹਨਾਂ ਦੀ ਜਾਨ ਬਚਾਈ, ਤਾਂ ਬਾਹਰ ਕਰਕੇ ਸਮਾਨ ਵੀ ਰੱਖਤਾ ਇਹਨਾਂ ਦਾ। ਦੇਖਦੇ ਹੀ ਦੇਖਦਿਆਂ ਜਿਹੜੇ ਵੀ ਗੱਡੀ ਨੂੰ ਇਕਦਮ ਅੱਗ ਲੱਗ ਗਈ। ਇਹ ਗੱਡੀ ਮਸਲੀ ਕੰਪਨੀ ਦੀ ਗੱਡੀ ਹੈ, ਉਹਦੇ 'ਚ ਦੁਨੀਆਂ ਸਵਾਰ ਸੀਗੇ ਅਤੇ ਬਸ ਇਹ ਸਮਝ ਲਓ 15-20 ਮਿੰਟਾਂ ਦੇ ਅੰਦਰ ਅੰਦਰ ਗੱਡੀ ਖੜ੍ਹ ਕੱਟ ਕੇ ਸਵਾਹ ਹੋ ਗਈ ਹੈ। ਔਰ ਫਾਇਰ ਬ੍ਰਿਗੇਡ ਜਿਹੜਾ ਕਰੀਬ 1.5 ਘੰਟੇ ਬਾਅਦ ਇੱਥੇ ਪਹੁੰਚਿਆ, ਜਿਹਦੇ ਇਕਿਊਪਮੈਂਟ ਬਿਲਕੁਲ ਖਰਾਬ ਸੀਗੇ, ਉਹਨਾਂ ਦਾ ਫਾਇਰ ਜਿਹੜਾ ਜਿੱਥੋਂ ਪਾਣੀ ਨਿਕਲਣਾ ਉਹ ਬਿਲਕੁਲ ਨਹੀਂ ਚੱਲ ਰਿਹਾ। ਔਰ ਬੜੀ ਸ਼ਰਮਨਾਕ ਗੱਲ ਇਹ ਹੈ ਵੀ ਜਿਹੜੇ ਟੋਲ ਪਲਾਜ਼ਿਆਂ ਵਾਲੇ ਲੱਖਾਂ ਕਰੋੜਾਂ ਰੁਪਈਏ ਜਿਹੜਾ ਪਬਲਿਕ ਕੋਲੋਂ ਟੈਕਸ ਵਸੂਲ ਕਰ ਰਹੇ ਨੇ, ਰੋਡ ਟੈਕਸ ਜਿਹੜਾ ਲੈ ਰਹੇ ਨੇ, ਟੋਲ ਟੈਕਸ ਲੈ ਰਹੇ ਨੇ, ਉਹਨਾਂ ਦੇ ਕੋਲ ਕੋਈ ਵੀ ਐਸਾ ਇਕਿਊਪਮੈਂਟ ਨਹੀਂ ਹੈ ਜਿਹਦੇ ਨਾਲ ਵੀ ਉਹ ਇਹਨੂੰ ਅੱਗ ਬੁਝਾ ਸਕੇ, ਕਿਸੇ ਦੀ ਜਾਨ ਬਚਾ ਸਕੇ। ਇਨ ਕੇਸ ਕਿਤੇ ਗੱਡੀ ਲੋਕ ਹੋ ਜਾਂਦੀ ਤਾਂ ਜੋ ਕੀਮਤੀ ਜਾਨਾਂ ਉਹ ਚਲੇ ਜਾਣਗੇ। ਕੀ ਤੁਸੀਂ ਇਸ ਗੱਲ ਦੇ ਉੱਤੇ ਟੂਲ ਪਲਾਜ਼ਾ ਵਾਲਿਆਂ ਉੱਤੇ ਕੋਈ ਐਕਸ਼ਨ ਲਓਗੇ? ਤੇ ਜੀ ਮਾਨ ਸਾਡੇ DSP ਸਾਹਿਬ ਜਿਹੜੇ ਜੰਡਿਆਲੇ ਜਿਹੜੇ ਪਹੁੰਚੇ ਸੀ ਇੱਥੇ, ਉਹਨਾਂ ਦੇ ਮੰਦਰ ਸੀ ਗੱਲ ਦੱਸਦੀ ਹੈ, ਪਰ ਜੋ ਕੋਈ ਟੈਕਸ ਕਹਿ ਰਹੀ ਉਹ ਉਹਦੇ ਸਭ ਤੋਂ ਸਾਰੇ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਚਾਓ। ਬਿਊਰੋ ਰਿਪੋਰਟ, ਆਵਾਜ਼ ਕੌਮ TV।